ਸਤਿ ਸ਼੍ਰੀ ਅਕਾਲ ਜੀ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਬਹੁਤ ਸੋਹਣੀ ਕਲਰ ਦਾ ਸੂਟ ਆ ਜਿਹੜਾ ਕਿ ਰਸਟ ਕਲਰ ਦਾ, ਅਤੇ ਡਿਜ਼ਾਇਨ ਵੀ ਤੁਸੀਂ ਵੇਖ ਰਹੇ ਹੋ, ਨੈਕ ਦਾ ਡਿਜ਼ਾਇਨ ਹੈ ਬਹੁਤ ਸੋਹਣਾ, ਐਂਡ ਇੱਕ ਜਿਹੜੀਆਂ ਇਹਦੀਆਂ ਸਾਈਡਸ ਨੇ, ਸਾਈਡਸ ਦੇ ਵਿੱਚ ਇਹ ਜਿਹੜਾ ਵਰਕ ਹੈ ਬਹੁਤ ਹੀ ਪਿਆਰਾ ਲੱਗ ਰਿਹਾ, ਅਤੇ ਨੀਚੇ ਵੀ ਜਿਹੜਾ ਕਿ ਕੰਮ ਹੈ ਬਹੁਤ ਹੀ ਸੋਹਣਾ। ਦੇਖੋ ਪਰਲ ਮੋਤੀਆਂ ਦੇ ਨਾਲ ਕੰਮ ਹੋਇਆ ਹੋਇਆ, ਹੈਂਡ ਵਰਕ ਆ ਜੀ, ਟੋਟਲੀ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਸੂਟ ਹੈ ਇਹ ਬਣਿਆ ਗਾ। ਇੱਕ ਕੋਰਨਰ ਇਹ ਫਲਾਵਰ ਆ ਰਿਹਾ, ਇੱਕ ਕੋਰਨਰ 'ਤੇ ਇਹ ਫਲਾਵਰ ਹੈ, ਐਂਡ ਜਿਹੜੀਆਂ ਸਲੀਵਸ ਨੇ ਤੁਸੀਂ ਉਹਨਾਂ ਦਾ ਵੀ ਦੇਖੋਗੇ। ਇੱਕ ਇਹੀ ਬੂਟਾ ਆਪਣੇ ਬਾਹਾਂ ਦੇ ਸ਼ੋਲਡਰ 'ਤੇ ਪਾਇਆ, ਅਤੇ ਨੀਚੇ ਫਿਰ ਇਹੀ ਬੇਲ ਬਣਾਤੀ, ਅਤੇ ਤੁਸੀਂ ਨੈੱਕ ਦਾ ਡਿਜ਼ਾਇਨ ਦੇਖ ਰਹੇ ਹੋ ਉਹ ਵੀ ਬਹੁਤ ਸੋਹਣਾ, ਅਤੇ ਨਾਲ ਨਾਲ ਜਿਹੜਾ ਕਿ ਦੁਪੱਟਾ, ਦੁਪੱਟਾ ਵੀ ਬਹੁਤ ਸੋਹਣਾ ਬਣੇਗਾ। ਦੁਪੱਟੇ ਦੇ ਦੋਨੇ ਸਾਈਡਸ 'ਤੇ ਇਹ ਵਾਲਾ ਜਿਹੜਾ ਕਿ ਵਰਕ ਹੈ ਤੁਸੀਂ ਵੇਖੋਗੇ। ਇਹ ਪਿਓਰ ਔਰਗੈਂਜ਼ਾ ਦੇ ਉੱਪਰ ਆਪਣੇ ਦੁਪੱਟਾ ਲਗਾਇਆ ਜੀ, ਪਿਓਰ ਔਰਗੈਂਜ਼ਾ। ਇਹ ਦੇਖੋ ਇਹ ਦੁਪੱਟਾ ਗਾ, ਪਿਓਰ ਔਰਗੈਂਜ਼ਾ, ਇਹਦੇ ਉੱਤੇ ਵਰਕ ਹੈ, ਐਂਡ ਇਹ ਦੇਖੋ ਜਿਹੜੀ ਕਿ ਲੇਸ ਆ ਬਹੁਤ ਹੀ ਸੋਹਣੀ ਲੱਗ ਰਹੀ ਹੈ, ਲੇਸ ਵੀ ਲੱਗੀ ਹੋਈ, ਬਹੁਤ ਪਿਆਰੀ ਲੁੱਕ ਦੇ ਵਿੱਚ ਜਿਹੜਾ ਕਿ ਸੂਟ ਹੈ ਇਹ ਬਣਿਆ ਗਾ। ਦੀਦੀ ਹੋਰੀ ਨੇ ਕੈਨੇਡਾ ਤੋਂ, ਉਹਨਾਂ ਨੇ ਆਪਾਂ ਨੂੰ ਭੇਜੀ ਸੀ ਫੋਟੋ, ਐਂਡ ਆਪਾਂ ਇਹ ਸੂਟ ਰੈਡੀ ਕਰ ਚੁੱਕੇ ਹਾਂ, ਬਹੁਤ ਪਿਆਰਾ ਲੁੱਕ 'ਚ ਸੂਟ ਬਣਿਆ। ਨਾਲ ਉਹਨਾਂ ਨੇ ਬੋਟਮ ਹੈ ਜਿਹੜੀ ਕਿ ਉਹ ਵੀ ਰੈਡੀ ਕਰਵਾਈ ਆ, ਬਹੁਤ ਸੋਹਣੀ ਲੁੱਕ ਦੇ ਵਿੱਚ। ਤੁਸੀਂ ਇਹਨੂੰ ਕਿਸੇ ਵੀ ਹੋਰ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ, ਅਤੇ ਜੇ ਤੁਸੀਂ ਚਾਹੋ ਤਾਂ ਇਸਦਾ ਕਲਰ ਹੈ ਉਹ ਵੀ ਚੇਂਜ ਹੋ ਜੂਗਾ, ਵਰਕ ਵੀ ਚੇਂਜ ਹੋ ਜੂਗਾ। ਤੁਸੀਂ ਜੋ ਵੀ ਤੁਹਾਡਾ ਦਿਲ ਕਰਦਾ ਉੱਦਾਂ ਦਾ ਸਾਨੂੰ ਆਰਡਰ ਦੇ ਕੇ ਸੂਟ ਬਣਵਾ ਸਕਦੇ ਹਾਂ। ਥੈਂਕ ਯੂ ਸੋ ਮੱਚ ਮੇਰੀ ਵੀਡੀਓ ਨੂੰ ਵੇਖਣ ਲਈ, ਥੈਂਕ ਯੂ ਜੀ। ਆਪਾਂ ਨੈਕਸਟ ਸੂਟ ਤੁਹਾਨੂੰ ਦਿਖਾਉਣੇ ਆ, ਵੀਡੀਓ ਨਾਲ ਜ਼ਰੂਰ ਜੁੜੇ ਰਹੋ, ਅਤੇ ਆ ਜਾਓ ਜੀ ਆਪਾਂ ਦੂਸਰਾ ਸੂਟ ਦੇ ਜੀ। ਇੱਕ ਸੂਟ ਤੁਸੀਂ ਪਹਿਲਾਂ ਵੇਖ ਹੀ ਚੁੱਕੇ ਹੋ, ਅਤੇ ਹੁਣ ਮੈਂ ਨੈਕਸਟ ਸੂਟ ਤੁਹਾਨੂੰ ਦਿਖਾ ਰਹੀ ਹਾਂ। ਸਕਾਈ ਜਿਹਾ ਕਲਰ ਆ, ਬਹੁਤ ਹੀ ਪਿਆਰਾ, ਦੇਖੋ ਸਲੀਵਸ ਦਾ ਵਰਕ ਬਹੁਤ ਹੀ ਸੋਹਣਾ ਲੱਗ ਰਿਹਾ, ਸਲੀਵਸ 'ਤੇ ਵੀ ਕੰਮ ਜਿਹੜਾ ਹੋਇਆ ਹੋਇਆ, ਐਂਡ ਇਹਦਾ ਜਿਹੜਾ ਡਿਜ਼ਾਇਨ ਆ ਦੋ ਕਲੀਆਂ ਬਣਾਈਆਂ ਨੇ, ਅਤੇ ਇਕੱਲਾ ਨੈੱਕ ਦੇ ਉੱਪਰ ਡਿਜ਼ਾਇਨ ਆ, ਥੋੜ੍ਹਾ ਸੋਬਰ ਲੁੱਕ ਦੇ ਵਿੱਚ ਇਹ ਸੂਟ ਰੈਡੀ ਹੋਇਆ ਗਾ, ਜਿਹੜਾ ਕਿ ਬਹੁਤ ਪਿਆਰਾ ਲੱਗਦਾ। ਥੋੜ੍ਹੀਆਂ ਜਿਹੀਆਂ ਬਾਹਾਂ ਦੇ ਉੱਪਰ ਹੀ ਆਪਣੇ ਵਰਕ ਆ ਜਿਹੜਾ ਕਿ ਇੰਨਾ ਚੌੜਾਈ 'ਚ ਕੀਤਾ ਗਾ, ਬਟ ਇਹਦੀਆਂ ਜਿਹੜੀਆਂ ਟੂ ਲਾਈਨਸ ਕਲੀਆਂ ਬਣੀਆਂ ਨੇ, ਅਤੇ ਨੈੱਕ ਦਾ ਡਿਜ਼ਾਇਨ ਆ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ। ਦੇਖੋ ਇਹ ਸ਼ੋਲਡਰ ਤੋਂ ਹੀ ਕਲੀਆਂ ਨੇ, ਅਤੇ ਇਹ ਨੈੱਕ ਦਾ ਡਿਜ਼ਾਇਨ ਵੀ ਬਹੁਤ ਸੋਹਣਾ ਪਰਲ ਦੇ ਨਾਲ ਰੈਡੀ ਹੋਇਆ, ਕਲਰ ਕੋਂਬੀਨੇਸ਼ਨ ਵੀ ਬਹੁਤ ਪਿਆਰਾ ਲੱਗਦਾ, ਕਿਉਂਕਿ ਸਾਰਾ ਕੰਮ ਹੈ ਜਿਹੜਾ ਬਹੁਤ ਹੀ ਪਿਆਰਾ ਬਣਿਆ ਹੋਇਆ ਗਾ। ਤੁਸੀਂ ਐਵੇਂ ਦੇ ਸੋਹਣੇ ਸੋਹਣੇ ਸੂਟ ਬਣਾਉਣ ਲਈ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ, ਅਤੇ ਮੇਰੀ ਵੀਡੀਓ ਨੂੰ ਚੱਲਦੇ ਚੱਲਦੇ ਜ਼ਰੂਰ ਸ਼ੇਅਰ ਕਰਦਿਆ ਕਰੋ, ਤਾਂ ਕਿ ਹੋਰ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੂੰ ਵੀ ਨਵੇਂ ਨਵੇਂ ਸੋਹਣੇ ਸੋਹਣੇ ਸੂਟ ਚਾਹੀਦੇ ਹੁੰਦੇ ਆ ਉਹਨਾਂ ਨੂੰ ਮਿਲ ਜਾਂਦੇ ਆ। ਥੈਂਕ ਯੂ ਜੀ ਮੇਰੀ ਵੀਡੀਓ ਨੂੰ ਵੇਖਣ ਲਈ ਅਤੇ ਸ਼ੇਅਰ ਕਰਨ ਲਈ, ਥੈਂਕ ਯੂ ਸੋ ਮੱਚ, ਥੈਂਕ ਯੂ।